ਦੇ ਹੋਸਟ ਜਗਰਾਜ ਸਿੱਧੂ ਤੁਸੀਂ ਆਨੰਦ ਲੈ ਰਹੇ ਹੋ ਮਹਿਕ ਟੈਲੀਵਿਜ਼ਨ ਦਾ ਦੇਖਦੇ ਰਹੋ ਤੁਹਾਡੇ ਲਈ ਬਹੁਤ ਕੁਝ ਲੈ ਕੇ حاضر ਹੋਣ ਜਾ ਰਹੇ ਹਾਂ ਹਰ ਵਕਤ ਹਰ ਟਾਈਮ ਹਰ ਘੰਟੇ ਹਰ ਕੜੀ ਦੁਨੀਆ ਭਰ ਦੀਆਂ ਖਬਰਾਂ ਦੇ ਨਾਲ ਜੋੜਦੇ ਹਾਂ ਮਹਿਕ ਟੈਲੀਵਿਜ਼ਨ ਨੂੰ 24 ਘੰਟੇ ਸੱਤੇ ਦਿਨ ਹਰ ਰੋਜ਼ ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ اور ਸੈਚਰਡੇ ਵਾਲੇ ਦਿਨ 11 ਵਜੇ ਤੋਂ ਲੈ ਕੇ 1 ਵਜੇ ਤੱਕ ਦੁਨੀਆ ਭਰ ਦੀਆਂ ਖਬਰਾਂ ਦੇ ਨਾਲ ਭਰਿਆ ਭਰਿਆ ਮਹਿਕ ਕੈਲ 416 302 3600 ਜੁੜੇ ਰਹਿਣਾ ਮਹਿਕ ਟੀਵੀ ਨਾਲ ਮਹਿਕ ਟੈਲੀਵਿਜ਼ਨ ਦੇਖਦੇ ਸਾਰੇ ਹੀ ਦਰਸ਼ਕਾਂ ਨੂੰ ਜਗਰਾਤ ਸਿੰਘ ਸਿੱਧੂ ਵੱਲੋਂ ਹਾਰਦਿਕ ਤੇ ਨਿੱਘਾ ਸਵਾਗਤ ਕਰਦੇ ਆਂ ਟੈਲੀਵਿਜ਼ਨ ਤੇ ਅਸੀਂ ਹਰ ਵਕਤ ਕਰੰਟ ਮਸਲੇ ਔਰ ਕਰੰਟ ਇਸ਼ੂ ਤੇ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਉਸ ਵਿੱਚ ਕਾਮਯਾਬੀ ਹੁੰਦੀ ਹੈ। ਇਨੀ ਦਿਨੀ ਪੰਜਾਬ ਦੀ ਇਲੈਕਸ਼ਨ ਹੋਈ ਹੈ ਤੇ ਪੰਜਾਬ ਦੀ ਫੇਰੀ ਤੇ ਆਏ ਹੋਏ ਆ ਤੇ ਤੁਹਾਡੇ ਲਈ ਬਹੁਤ ਸਾਰੀ ਕਵਰੇਜ ਕਰਕੇ ਹਰ ਮਸਲੇ ਪੰਜਾਬ ਦੇ ਦਾ ਜਿਹੜਾ ਹਰ ਮੁੱਦਾ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅਸੀਂ ਇਸ ਟਾਈਮ ਰਾਜਪੁਰਾ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਹਰਦੀਪਾਲ ਸਿੰਘ ਬੋਜ ਜਿਹੜੇ ਨੇ ਦੋ ਵਾਰ ਐਮਐਲਏ ਕਾਂਗਰਸ ਪਾਰਟੀ ਤੋਂ ਜਿੱਤ ਪ੍ਰਾਪਤ ਕੀਤੀ ਹੈ ਇਹਨਾਂ ਨੇ ਸੋ ਇਹਨਾਂ ਨੂੰ ਜਿੱਥੇ ਮੁਬਾਰਕਬਾਦ ਦੇਵਾਂਗੇ ਉੱਥੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਇਹਨਾਂ ਨਾਲ ਕਰਾਂਗੇ ਹਰਦੀਪਾਲ ਸਿੰਘ ਜੀ ਸਵਾਗਤ ਹੈ ਮਹਿਕ ਟੈਲੀਵਿਜ਼ਨ ਦੇ ਵਿੱਚ ਤੇ ਮੁਬਾਰਕ باد ਕਬੂਲ ਕਰੋ ਅਦਾਰਾ ਮਹਿਕ ਟੀਵੀਨ ਦੀ ਟੀਮ ਵੱਲੋਂ ਔਰ ਸਾਰੇ ਹੀ ਦਰਸ਼ਕਾਂ ਵੱਲੋਂ ਜਗਰਾਜ ਜੀ ਬਹੁਤ ਬਹੁਤ ਧੰਨਵਾਦ ਤੇ ਮੈਂ ਬੜਾ ਧੰਨਵਾਦ ਕਰਦਾ ਮਹਿਕ ਟੀਵੀ ਅਤੇ ਰੇਡੀਓ ਕੈਨੇਡਾ ਟੋਰਾਂਟੋ ਤੋਂ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਪੰਜਾਬ ਦੀ ਫੇਰੀ ਤੇ ਹੋ ਤਾਂ ਮੈਂ ਖੁਸ਼ਕਿਸਮਤਾਂ ਕਿ ਤੁਸੀਂ ਅੱਜ ਰਾਜਪੁਰਾ ਵਿਕੇ ਪਹੁੰਚੇ ਹੋ ਤਾਂ ਯੂ ਆਰ ਵੈਲਕਮ ਇਨ ਰਾਜਪੁਰਾ ਤੁਹਾਡੀ ਪੂਰੀ ਟੀਮ ਦਾ ਤੁਹਾਡਾ ਤੇ ਮੈਂ ਜਿਹੜੀ ਆਪਾਂ ਗੱਲ ਇਹ ਕਰਨੀ ਆ ਤੇ ਮੈਂ ਪਹਿਲਾਂ ਤਾਂ ਜਿਹੜੇ ਵੀ ਵਿਦੇਸ਼ਾਂ ਚ ਬਚਦੇ ਵੱਸਦੇ ਸਾਡੇ ਭਰਾ ਨੇ ਉਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਸਾਡੀ ਰੱਬ ਦੇ ਚਰਨਾਂ ਚ ਤੁਹਾਡੇ ਲਈ ਅਰਦਾਸ ਆ ਕਿ ਜਿੱਥੇ ਵੀ ਰਹੋ ਚੜ੍ਹਦੀ ਕਲਾ ਚ ਰਹੋ ਤੇ ਰੱਬ ਤੁਹਾਡੀਆਂ ਝੋਲੀਆਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਪਾਉਣ। ਬਹੁਤ ਬਹੁਤ ਧੰਨਵਾਦ ਜੀ। ਸੋ ਤੁਹਾਡੀ ਪਾਰਟੀ ਨੇ ਹੁੰਜਾ ਫੇਰ ਜਿੱਤ ਪ੍ਰਾਪਤ ਕੀਤੀ ਹੈ 70 ਸੀਟਾਂ 77 ਸੀਟਸ ਜਿਹੜੀਆਂ ਜਿੱਤ ਕੇ ਕੈਪਟਨ ਮਰਿੰਦਰ ਸਿੰਘ ਦੀ ਝੋਲੀ ਵਿੱਚ ਪਾਈਆਂ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਈਆਂ ਇਸ ਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ। ਮੈਂ ਬਹੁਤ ਧੰਨਵਾਦ ਕਰਦਾ ਪੰਜਾਬ ਦੀ ਜਨਤਾ ਦਾ। ਮੈਂ ਤਾਂ ਸਹੀ ਮਿਹਨਤ ਕਹਿ ਸਕਦਾ ਕਿ ਪੰਜਾਬ ਬਚ ਗਿਆ। ਕਿਉਂਕਿ ਸਾਨੂੰ ਵੀ ਥੋੜਾ ਡਰ ਤਾਂ ਲੱਗ ਰਿਹਾ ਸੀ ਕਿ ਜਿਹੜੇ ਬਾਹਰੋਂ ਆ ਕੇ ਲੋਕ ਜਿਨ੍ਹਾਂ ਨੂੰ ਪੰਜਾਬ ਬਾਰੇ ਕੋਈ ਗਿਆਨ ਨਹੀਂ ਸੀ ਪੰਜਾਬ ਦੀ ਸੱਭਿਆਤਾ ਦਾ ਕੁਝ ਪਤਾ ਨਹੀਂ ਸੀ ਕਿ ਕਿਤੇ ਪੰਜਾਬ ਉਹਨਾਂ ਹੱਥਾਂ ਦੇ ਵਿੱਚ ਨਾ ਚਲਾ ਜਾਏ ਪਰ ਕੋਟ ਕੋਟ ਤਨਵਾਦ ਪੰਜਾਬ ਦੀ ਜਨਤਾ ਤੇ ਜਿਨ੍ਹਾਂ ਨੇ ਬਹੁਤ ਸਿਆਣਪ ਭਰਿਆ ਕਦਮ ਹੈ ਜਿਹੜਾ ਚੁੱਕਿਆ ਅਤੇ ਅੱਜ ਪੰਜਾਬੀਆਂ ਦੇ ਰਹਿਨਮਾ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀ ਦੀ ਗੱਲ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਤੇ ਜਿਹੜਾ ਉਹਨਾਂ ਦਾ ਜੋ ਪਛੋਕੜ ਅਸੀਂ ਦੇਖੀਏ ਹਮੇਸ਼ਾ ਹੀ ਪੰਜਾਬ ਦੇ ਪੱਖੀ ਰਿਹਾ ਅਤੇ ਬੜੀ ਵੱਡੀਆਂ ਦੇਣ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੇ ਲਈ ਤੇ ਮੈਂ ਪੰਜਾਬ ਦੀ ਜਨਤਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣਿਆ ਬਹੁਤ-ਬਹੁਤ ਉਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਛੋਟਾ ਜਾਨੀ ਬਹੁਤ ਵੱਡੀ ਜਿਹੜੀ ਗਿਣਤੀ ਦੇ ਵਿੱਚ 77 ਸੀਟਾਂ ਜਿਹੜੀਆਂ ਜਿਤਾ ਕੇ ਕਾਂਗਰਸ ਪਾਰਟੀ ਦੀ ਝੋਲੀ ਚ ਪਾਈਆਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਨੇ 16 ਮਾਰਚ ਨੂੰ ਜਿਹੜੀ ਆ ਸੌ ਚੱਕ ਸਮਾਗਮ ਤੋਂ ਬਾਅਦ ਜਿਹੜੇ ਐਕਸ਼ਨ ਲਏ ਨੇ ਜਿਹੜੇ 7-8 ਮੁੱਦੇ ਚੱਕੇ ਨੇ ਉਹਦੇ ਨਾਲ ਦੁਨੀਆ ਭਰ ਦੇ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ ਜਿਵੇਂ VIP ਕਲਚਰ ਨੂੰ ਖਤਮ ਕਰਨਾ ਚਾਰ ਹਫ਼ਤਿਆਂ ਦੇ ਵਿੱਚ ਨਸ਼ਿਆਂ ਨੂੰ ਨੱਥ ਪਾਉਣੀ ਟਾਕਸ ਫੋਰਸ ਜਿਹੜੀ ਆ ਉਸ ਦੀ ਗਠਨ ਕਰਨਾ ਜਾਂ ਫਿਰ ਐਨਆਰਆਈਜ਼ ਦੇ ਮਸਲਿਆਂ ਵਾਸਤੇ ਉਹਨਾਂ ਦੀ ਜ਼ਮੀਨ ਹੈ ਜਿਹੜੀ ਉਹਨਾਂ ਤੇ ਰੋਕ ਲਾਈ ਗਈ ਹੈ ਕਿ ਕੋਈ ਦੱਬ ਨਹੀਂ ਸਕਦਾ ਜਾਂ ਫਿਰ ਉਹਨਾਂ ਦਾ ਇੱਕ ਅਦਾਲਤ ਬਣਾਈ ਜਾਵੇਗੀ ਫਾਸਟ ਟਰੈਕ ਅਦਾਲਤ ਇਹਦੇ ਲਈ ਇੱਕ ਕਾਫੀ ਹੋਰ ਵੀ ਮੁੱਦੇ ਨੇ ਜਿਵੇਂ ਡੀਟੀਓ ਦਾ ਜਿਹੜਾ ਸਰਵਿਸ ਆ ਉਹ ਬੰਦ ਕਰਕੇ ਐਸਡੀਐਮ ਨੂੰ ਦਿੱਤੀ ਗਈ ਆ ਜਾਂ ਫਿਰ ਹੋਰ ਬਹੁਤ ਸਾਰੇ ਮਸਲੇ ਨੇ ਜਿਹੜੇ ਹੈ ਨਹੀਂ ਇਸ ਦੇ ਨਾਲ ਨਾਲ ਹੋਰ ਵੀ ਕਈ ਮਸਲੇ ਨੇ ਜਿਨ੍ਹਾਂ ਨੂੰ ਹਜੇ ਨੱਥ ਪਾਉਣ ਵਾਸਤੇ ਰਹਿੰਦੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਹਾਡੀ ਨਿਗਾਹ ਦੇ ਵਿੱਚ ਕਿਹੜਾ ਮਸਲਾ ਇਹੋ ਜਿਹਾ ਹੈ ਜਿਹੜਾ ਸੰਜੀਦਗੀ ਦੇ ਨਾਲ ਉਸ ਨੂੰ ਨੱਥ ਪਾਈ ਜਾਵੇ ਏਐਸਏਪ ਦੇਖੋ ਕੈਪਟਨ ਸਾਹਿਬ ਚੋਣ ਦੇ ਦੌਰਾਨ ਬਹੁਤ ਡੰਗਾਈ ਚ ਗਏ ਆ ਹਰ ਵਰਗ ਦੇ ਨਾਲ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਉਹਨਾਂ ਦੇ ਮਾਈਂਡ ਦੇ ਵਿੱਚ ਸਾਰੀਆਂ ਗੱਲਾਂ ਅਤੇ ਕੱਲ ਹਲੇ ਇੱਕ ਦਿਨ ਪਹਿਲਾਂ ਜਿਹੜੀ ਪੰਜਾਬ ਦੀ ਕੈਬਨਿਟ ਦੀ ਪਹਿਲ ਪਲੇਠੀ ਜਿਹੜੀ ਮੀਟਿੰਗ ਹੋਈ ਆ ਮੈਂ ਸੋਚਦਾ ਕਿ ਅੱਜ ਅੱਖਾਂ ਖੁੱਲ ਗਈਆਂ ਜਿਹੜੇ ਲੋਕ ਗਮਰਾਹ ਕਰਦੇ ਸੀ ਅੱਜ ਦਿੱਲੀ ਦੀਆਂ ਉਦਾਹਰਨਾ ਦਿੰਦੇ ਸੀ ਦਿੱਲੀ 'ਚ ਤਾਂ ਕੱਖ ਵੀ ਨਹੀਂ ਹੋਇਆ ਇਹ ਜਿਹੜੀ ਕੇਜਰੀਵਾਲ ਲੈਂਡ ਕੰਪਨੀ ਹੈ ਉਹਨਾਂ ਨੇ ਤਾਂ ਲੋਕਾਂ ਨੂੰ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਹੀ ਉਹਨਾਂ ਨੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪ੍ਰੈਕਟੀਕਲ ਕੰਮ ਤਾਂ ਇਹ ਆ ਜੋ ਉਹਨ ਕੈਪਟਨ ਸਾਹਿਬ ਨੇ ਪਹਿਲੀ ਮਤਲ ਜਿਹੜੀ ਹੈਗੀ ਹੈ ਕੈਬਨਿਟ ਦੀ ਮੀਟਿੰਗ 'ਚ ਕੀਤਾ ਨਸ਼ਿਆਂ ਦਾ ਸਭ ਤੋਂ ਪਹਿਲਾਂ ਕੀਤੀ ਸੀ ਨਸ਼ੇ ਅਸੀਂ 1 ਮਹੀਨੇ ਦੇ ਅੰਦਰ ਅੰਦਰ ਪੰਜਾਬ ਦੇ ਵਿੱਚ ਮਲਿਆ ਮੀਟ ਕਰਦੇ ਆਂਗੇ ਨਸ਼ਿਆਂ ਦਾ ਇਹ ਤੋਂ ਇਲਾਵਾ ਕਰਪਸ਼ਨ ਖਾਸ ਕਰਕੇ ਛੋਟੇ ਤੋਂ ਲੈ ਕੇ ਵੱਡੇ ਤੱਕ ਟਰਾਂਸਪੋਰਟਰ ਜਿਹੜਾ ਟਰਾਂਸਪੋਰਟਰ ਸੀਗੇ ਉਹ ਬੜੇ ਪਰੇਸ਼ਾਨ ਸੀ ਉਹ ਕਮਿਟਮੈਂਟ ਅਸੀਂ ਕੀਤੀ ਸੀ ਕਿ ਜਿਹੜਾ ਡੀਟੀਓਜ਼ ਨੂੰ ਦੀ ਜਿਹੜੀ ਲੁੱਟਾ ਨੂੰ ਬੰਦ ਕਰਾਂਗੇ ਟੀਓਜ਼ ਦੀ ਲੁੱਟ ਬੰਦ ਕਰਨਾ ਤਾਂ ਦੂਰ ਦੀ ਗੱਲ ਉਹਨਾਂ ਦੇ ਪੋਸਟਰੀਅਰ ਬਾਲਸ ਕਰਤੀ ਪੰਜਾਬ ਦੇ ਅੰਦਰ ਇਹ ਇਹ ਤੋਂ ਇਲਾਵਾ ਜਿਹੜਾ ਵੀਆਈਪੀ ਕਲਚਰ ਹੈ ਕਿਉਂਕਿ ਜਨਤਾ ਨੇ ਚੁਣਿਆ ਚਾਹੇ ਐਮਐਲਏ ਨੂੰ ਚਾਹੇ ਕਿਸੇ ਮੈਂਬਰ ਪਾਰਲੀਮੈਂਟ ਨੂੰ ਉਹ ਕੋਈ ਵੱਡੇ ਨਹੀਂ ਬਣ ਜਾਂਦੇ ਹੈਗੇ ਤੇ ਜਨਤਾ ਦੇ ਵਿੱਚ ਰਹਿਣਾ ਹੀ ਚਾਹੀਦਾ ਤੇ ਹੁਣ ਤੋਂ ਬਾਅਦ ਇਹ ਸਾਡੀ ਸਾਰਿਆਂ ਦੀ ਇਹ ਮੰਗ ਸੀ ਕਿ ਪੰਜਾਬ ਚ ਜਿਹੜੇ ਹੈਗੇ ਨੀ ਪੱਥਰਾਂ ਦਾ ਜਿਹੜਾ ਕਲਚਰ ਆ ਇਹ ਇਹ ਜਿਹੜੇ ਇਲਾਕੇ ਦੇ ਇਹਨਾਂ ਨੇ ਆਪਣੇ ਲੁੱਟਣ ਵਾਸਤੇ ਲੋਕਮੂਹਰੇ ਕੀਤੇ ਹੋਏ ਸੀ ਉਹਨਾਂ ਨੂੰ ਬਿਲਕੁਲ ਜਿਹੜਾ ਹੈਗਾ ਖਾਤਮਾ ਕੀਤਾ ਜਾਵੇ ਉਹ ਵੀ ਜਿਹੜਾ ਹੈਗਾ ਕੈਪਟਨ ਸਾਹਿਬ ਨੇ ਇਹ ਕਹਿ ਆ ਕਿ ਮੈਂ ਇਹ ਨਹੀਂ ਪੱਥਰਾਂ ਦੇ ਰਾਹੀਂ ਨਹੀਂ ਪੰਜਾਬ ਦੇ ਜਨਤਾ ਦੇ ਦਿਲਾਂ ਤੇ ਅਸੀਂ ਰਾਜ ਕਰਨਾ ਚਾਹੁੰਦੇ ਆ ਤੇ ਕਰਕੇ ਅਸੀਂ ਦਿਖਾਵਾਂਗੇ ਹੋਰ ਬਹੁਤ ਕੋਸਾ ਜਿਹੜਾ ਹੋਣ ਵਾਲਾ ਹੈ ਤੇ ਆਉਣ ਵਾਲੇ ਸਮੇਂ ਚਲੇ ਤਾਂ ਪਹਿਲੀ ਉਹ ਮੀਟਿੰਗ ਹਾਲ ਤਾਂ 4 ਦਿਨ ਹੀ ਹੋਏ ਆ ਸੌ ਚੱਕੀ ਨੂੰ ਸਰਕਾਰ ਨੇ ਤਾਂ ਬਹੁਤ ਕੁਝ ਜਿਹੜਾ ਹੈ ਉਹਨਾਂ ਨੇ ਕਰਨਾ ਔਰ ਇਹ ਹਿਸਟੋਰੀਕਲ ਡਿਸੀਜਨ ਜਿਹੜੇ ਲਏ ਆ ਮੈਂ ਨਹੀਂ ਸੋਚਦਾ ਕਿ ਅਜ ਤੱਕ ਕਿਸੇ ਸੂਬੇ ਦੀ ਸਰਕਾਰ ਨੇ ਅਜਿਹੇ ਫੈਸਲੇ ਲਏ ਹੋਣ ਕੁਝ ਕੁ ਮਸਲੇ ਇਦਾਂ ਦੇ ਵੀ ਨੇ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਚਾਹਾਂਗਾ ਤਾਂ ਕਿ ਤੁਸੀਂ ਜਿਹੜੇ ਹੋ ਸਕਦਾ ਹਾਈ ਕਮਾਂਡ ਤੱਕ ਜਾਂ ਫਿਰ ਕੈਪਟਨ ਬਰਿੰਦਰ ਸਿੰਘ ਦੀ ਕਿਸੇ ਮੀਟਿੰਗ ਦੇ ਵਿੱਚ ਇਹਨਾਂ ਮਸਲਿਆਂ ਨੂੰ ਉਠਾ ਸਕੋ ਜਦੋਂ ਤੁਹਾਨੂੰ ਵੀ ਟਾਈਮ ਮਿਲੇ ਸਭ ਤੋਂ ਵੱਡਾ ਮਸਲਾ ਤਾਂ ਇਹ ਆ ਕਿ ਜਿਹੜਾ ਪੰਜਾਬ ਦੇ ਵਿੱਚ ਅਸਲਾ ਹੈ ਮੁੰਡੇ ਹਰ ਮੁੰਡਾ ਜਿਹੜਾ ਬੱਚਾ ਹੈ ਉਹ ਆਪਣੇ ਦੱਬ ਦੇ ਵਿੱਚ ਰਵਾਲਵਰ 92 ਫਿਰਦਾ ਕਿਉਂ ਨਹੀਂ ਕਿ ਜਿਹੜਾ ਲੋੜ ਮੁਤਾਬਕ ਹੀ ਜਿਸ ਬੱਚੇ ਬੰਦੇ ਨੂੰ ਲੋੜ ਹੈ ਉਦੋਂ ਇਸ ਨਾਕਸ਼ ਕਰਕੇ ਉਹ ਜਿਹਨੂੰ ਲੋੜ ਲੜਿੰਦੇ ਪਰਿਵਾਰਾਂ ਨੂੰ ਅਸਲਾ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਦਾਂ ਦੀਆਂ ਘਟਨਾਵਾਂ ਨਾ ਵਾਪਰਨ ਕਿਸ ਪਿਛਲੇ ਦਿਨੀ ਇੱਕ ਖਬਰ ਆਈ ਸੀ ਕਿ ਭਰਾ ਨੇ ਭਰਾ ਨੂੰ ਗੋਲੀ ਮਾਰਤੀ ਇੱਕ ਛੋਟੇ ਜਿਹੇ ਤੁੰਤੂ ਮਾਮੇ ਕਰਕੇ ਜਾਂ ਫਿਰ ਕਈ ਗੱਲਾਂ ਕੱਲ ਖਬਰ ਆਈ ਸੀ ਕਿ ਇੱਕ ਘਰਵਾਲੀ ਨੇ ਆਪਣਾ ਘਰਵਾਲਾ ਮਾਰਤਾ ਗੋਲੀ ਮਾਰ ਕੇ ਸੋ ਪੰਜਾਬ ਪੁਲਿਸ ਕੋਲੇ ਅਸਲਾ ਘਟਾ ਜੇ ਹੋਇਆ ਵੀ ਤੋ ਕਾਰਬਨਾਂੀਆਂ ਚੱਲਦੀਆਂ ਨਹੀਂ ਪਰ ਜਿਹੜੇ ਬੱਚੇ ਆ ਉਹ ਨਵੇਂ-ਨਵੇਂ ਹਥਿਆਰ ਜਿਹੜੇ ਲੈ ਕੇ ਮੋਟਰਸਾਈਕਲਾਂ ਤੇ ਬੁਲਟ ਮੋਟਰਸਾਈਕਲਾਂ ਤੇ ਜਾਂ ਫਿਰ ਇੱਕ ਦਿਨ ਪਿਛੇ ਤੁਸੀਂ ਸੁਣਿਆ ਹੋਣਾ ਬਠਿੰਡੇ ਦੇ ਵਿੱਚ ਗੋਲੀ ਚਲਾ ਕੇ ਕਾਰਕੈਸਟ ਵਾਲੀ ਨੂੰ ਮਾਰ ਦਿੱਤਾ ਸੋ ਇਹ ਜਿਹਨਾਂ ਨੱਥ ਪਾਉਣ ਦੀ ਕੋਸ਼ਿਸ਼ ਕਰੇਗੀ ਤੁਹਾਡੀ ਸਰਕਾਰ ਕਿ ਉਸ ਬੱਚੇ ਨੂੰ ਹੀ ਦਿੱਤਾ ਜਾਵੇ ਜਿਸ ਬੱਚੇ ਨੂੰ ਲੋੜ ਆ ਹਥਿਆਰ ਦੀ ਦੇਖੋ ਜਿਹੜੀ ਗੱਲ ਜਗਰਾਜ ਜੀ ਤੁਸੀਂ ਕੀਤੀ ਆਮ ਐਗਰੀ ਵਿੱਚ ਜੋ ਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੌਰਾਨ 10 ਸਾਲ ਚ ਬੜਾ ਗੁੰਡਾ ਰਾਜੂਰੇ ਪੈਦਾ ਕੀਤਾ ਗਿਆ ਉਹ ਲੋਕ ਤੁਸੀਂ ਤਾਂ ਅਸਲ ਲਾਇਸੈਂਸ ਦੀ ਗੱਲ ਕਰਦੇ ਹੋ ਉਹਦਾ ਬਿਨਾ ਲਾਇਸੈਂਸ ਤੋਂ ਜਿਹੜੇ ਹੈਗੇ ਅਸਲ ਚਾਰ-ਚਾਰ ਜਿਹੜੇ ਹੈਗੇ ਵੈਪਨ ਉਹ ਲੋਕ ਚੱਕੀ ਫਿਰਦੇ ਆ ਅੱਜ ਜਿਹੜੀ ਇੰਨੀ ਗੈਂਗਸਟਰ ਵਾਰ ਜਿਹੜੀ ਹੋਈ ਆ ਹੈਰਾਨੀ ਦੀ ਗੱਲ ਇਹ ਸੀ ਕਿ ਡੀਜੀਪੀ ਕਹੇ ਕਿ ਜੇ ਇੱਥੇ ਦਾ 57 ਜਿਹੜੇ ਗੈਂਗਸਟਰ ਹੈਗੇ ਆ ਤੇ ਮੈਂ ਇਹ ਸੋਚਦਾ ਕਿ ਕਿਉਂ ਨਹੀਂ ਉਹਨਾਂ ਨੂੰ ਵੱਧ ਤੋਂ ਵੱਧ ਪੈਨਲਟੀ ਦਿੱਤੀ ਜਾ ਸਕਦੀ ਹੈਗੀ ਤੇ ਇਹ ਪਹਿਲਾ ਸੂਬਾ ਸੀ ਜਿੱਦੇ ਵਿੱਚ ਐਨਾ ਗੁੰਡਾ ਰਾਜ ਹੋਇਆ ਜੇਲ੍ਹਾਂ ਦੇ ਵਿੱਚ ਜਿੱਥੇ ਕਦੇ ਸੂਈ ਨਹੀਂ ਸੀ ਜਾਂਦੀ ਉੱਥੇ ਰਿਵਾਲਵਰ ਚੱਲਦੇ ਆ ਉੱਥੇ ਅਸਲਾ ਤੁਰਿਆ ਫਿਰਦਾ ਹੋਰ ਬਹੁਤ ਕੁਝ ਸੀਗਾ ਇਹਦੇ ਨਾਲ ਇੱਕ ਮਾਈਂਡ ਦੇ ਅੰਦਰ ਕ੍ਰਿਮੀਨਲਾਈਜੇਸ਼ਨ ਮਤਲਬ ਕਿ ਪੈਦਾ ਹੋ ਗਿਆ ਕ੍ਰਾਈਮ ਪੈਦਾ ਹੋ ਗਿਆ ਤੇ ਇਹਨੂੰ ਰੋਕਣਾ ਬਹੁਤ ਜ਼ਰੂਰੀ ਹੈ ਬਿਲਕੁਲ ਇਹਦੇ ਲਈ ਅਸੀਂ ਸਕਰੂਟਨਿੰਗ ਕਰਾਂਗੇ ਇਹਦੇ ਲਈ ਕਿ ਜਿਨ੍ਹਾਂ ਦੇ ਕੋਲ ਗਲਤ ਮਤਲਬ ਕਿ ਜਿਹੜੇ ਹੈਗੇ ਅਸਲੇ ਦੇ ਲਾਇਸੈਂਸ ਜਾਰੀ ਕੀਤੇ ਉਹਨਾਂ ਨੂੰ ਕੈਂਸਲ ਵੀ ਕਰਾਂ ਦੀ ਲਈ ਅਸੀਂ ਸਪਾਰਸ਼ ਕੀਤੀ ਜਾਏਗੀ ਜੀ ਲੋੜ ਤੋਂ ਬਿਨਾ ਲੋਕ ਗਨਮੈਨ ਲਈ ਫਿਰਦੇ ਨੇ ਉਹਨਾਂ ਦੇ ਵੀ ਗਨਮੈਨ ਰਿਮੂਵ ਕੀਤੇ ਜਾਣਗੇ ਬਿਲਕੁਲ ਕੀਤੇ ਜਾਣਗੇ ਮੈਂ ਪਹਿਲਾਂ ਵੀ ਐਮਐਲਏ ਓਪੋਜੀਸ਼ਨ ਚ ਰਹਾ ਚਾਰ ਐਮਐਲਏ ਨੂੰ ਮਤਲਬ ਐਮਐਲਏ ਨੂੰ ਚਾਰ ਗਨਮੈਨ ਮਿਲਦੇ ਸੀ ਅਸੀਂ ਤਾਂ ਕਦੇ ਇੱਕ ਲੈ ਕੇ ਨਹੀਂ ਤੁਰੇ ਹੁਣ ਵੀ ਅਸੀਂ ਇਦਾਂ ਹੀ ਤੁਰੀਦਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਕਿ ਕੋਈ ਵੱਡਾ ਨਹੀਂ ਬਣ ਜਾਂਦਾ ਹੈਗਾ ਜੇ ਕੋਈ ਜਨਤਾ ਜਿਹਨੂੰ ਚੁਣਦੀ ਹੈ ਇਸ ਕਰਕੇ ਚੁਣਦੀ ਹੈ ਕਿ ਉਹ ਬਹੁਤੀ ਬਹੁਤ ਵੱਡੀ ਟੌਰ ਉਰੇ ਗਨਮੈਨ ਲੈ ਕੇ ਹੁੱਟਰ ਮਾਰਦਾ ਫਿਰੇ ਜਨਤਾ ਇਸ ਕਰਕੇ ਚੁਣਦੀ ਹੈ ਕਿ ਸਾਡੀ ਸੇਵਾ ਕਰੇ ਉਹ ਇਲਾਕੇ ਦੇ ਅੰਦਰ ਡਿਵੈਲਪਮੈਂਟ ਕਰਾਏ ਸਾਡੇ ਹਰ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਏ ਇਸ ਕਰਕੇ ਨਮੈਂਦਾ ਜਿਹੜਾ ਉਹ ਜਿਹੜਾ ਚੁਣਦੇ ਆ ਅਰ ਬਿਲਕੁਲ ਜਿਹੜਾ ਹੈਗਾ ਇਹ ਕਲਚਰ ਖਤਮ ਹੋਣਾ ਚਾਹੀਦਾ ਤੇ ਸਿਕਿਉਰਿਟੀ ਪੰਜਾਬ ਦੇ ਐਨੀ ਅਮਨ ਸ਼ਾਂਤੀ ਵਾਲਾ ਸੂਬਾ ਬਣਾ ਦਾਂਗੇ ਕਿਸੇ ਨੂੰ ਗਨਮੈਨ ਤਾਂ ਕੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਪੈਗੀ ਰਾਤ ਨੂੰ ਘੁੰਮੋ ਦਿਨੇ ਘੁੰਮੋ ਕਿ ਬੇ ਡਰ ਹੋ ਕੇ ਤੁਸੀਂ ਘੁੰਮੋ ਐਸਾ ਵਧੀਆ ਮਾਹੌਲ ਅਸੀਂ ਪੈਦਾ ਕਰਾਂਗੇ ਪੰਜਾਬ ਮਹਗਾਈ ਨੂੰ ਠੱਲ ਪਾਉਣ ਵਾਸਤੇ ਕਿਹੋ ਜਿਹੀ ਪਰਾਲੇ ਕਰੇਗੀ ਸਰਕਾਰ ਦੇਖੋ ਮਹਿੰਗਾਈ ਜਿੱਥੇ ਤੱਕ ਦਾ ਇਹ ਤਾਂ ਕੇਂਦਰ ਨਾਲ ਸੰਬੰਧਿਤ ਆ ਪਰ ਜਿਹੜੇ ਸੂਬੇ ਦੇ ਅੰਦਰ ਨਾਜਾਇਜ਼ ਟੈਕਸ ਲਾਏ ਹੋਏ ਆ ਕਿਸੇ ਹੋਰ ਜਿਹੜੇ ਹੈਗੇ ਆ ਉਹਨਾਂ ਨੂੰ ਜ਼ਰੂਰ ਘਟਾਇਆ ਜਾਏਗਾ ਜਿਵੇਂ ਕਹਿੰਦੇ ਕਿ ਆ ਫਲਾਨਾ ਘਰ ਜਿਹੜਾ ਪੱਟਤਾ ਮੈਂ ਪੰਜਾਬ ਦੇ ਵਿੱਚ ਇਲੈਕਸ਼ਨਸ ਵੱਧ ਦੇ ਵਿੱਚ ਆਇਆ ਹੋਇਆ ਤਾਂ ਮੈਂ ਜਿਹੜੀ ਵੀ ਰੋਡ ਤੇ ਜਾਂਦਾ ਸਾਰਾ ਪੰਜਾਬ ਜਿਹੜਾ ਉਹ ਮਿੱਟੀ ਨਾਲ ਪੱਟਿਆ ਪਿਆ ਤੁਹਾਡੇ ਰਾਜਪੁਰੇ ਆਉਂਦਿਆਂ ਦੇਖਿਆ ਇੱਧਰ ਬਠਿੰਡੇ ਚਲ ਜੋ ਜਿਹੜੇ ਮਰਜ਼ੀ ਮੋਗੇ ਚਲ ਜੋ ਜਿਹੜੇ ਮਰਜ਼ੀ ਜ਼ਿਲ੍ਹੇ ਚ ਚਲ ਜੋ ਸਾਰਾ ਇਹ ਡਿਵੈਲਪਮੈਂਟ ਹੋਈ ਆ ਜਾਂ ਪੱਟ ਕੇ ਰੱਖਤਾ ਵੀ ਬਾਕੀ ਜਿਹੜੀ ਦੂਜੀ ਸਰਕਾਰ ਆਊਗੀ ਉਹਨੂੰ ਆਪੇ ਜੋੜ ਲੂਗੀ ਦੇਖੋ ਸਾਨੂੰ ਕਾਫੀ ਮਿਹਨਤ ਕਰਨੀ ਪੈਣੀ ਆ ਹਰ ਕਰਾਂਗੇ ਕਿਉਂਕਿ ਜਨਤਾ ਨੂੰ ਕੈਪਟਨ ਸਾਹਿਬ ਤੇ ਉਹਨਾਂ ਦੀ ਪੂਰੀ ਟੀਮ ਤੇ ਬਹੁਤ ਭਾਰੀ ਵਿਸ਼ਵਾਸ ਆ ਇਹਨਾਂ ਨੇ ਗੱਪਾਂ ਹੀ ਮਾਰੀਆਂ ਅਕਾਲੀ ਦਲ ਬੀਜੇਪੀ ਵਾਲਿਆਂ ਨੇ ਤੁਸੀਂ ਆਪ ਆਪਣੀ ਅੱਖੀ ਦੇਖਿਆ ਸਾਨੂੰ ਤਾਂ ਜਿਹੜਾ ਹੈਗਾ ਦੱਸਣ ਦੀ ਲੋੜ ਨਹੀਂ ਹੈਗੀ ਕਿਸੇ ਪਿੰਡ ਨੂੰ ਚਲੇ ਜਾਓ ਮੇਰੇ ਕੱਲ ਹੀ ਮੈਂ ਤੁਹਾਨੂੰ ਦੱਸਣਾ ਜੇ ਕੋ ਹਾਂ ਤਾਂ ਹੁਣ ਮੇਰੇ ਕੋਲ ਵਕਤ ਨਹੀਂ ਹੈ ਤਾਂ ਤੁਸੀਂ ਦਿਵਾਲੀ ਵਾਲੀ ਇੱਕ ਸੜਕ ਬਣ ਰਹੀ ਹੈ ਨਾ ਉਹ ਜੂ ਗੋ ਐਂਡ ਸੀ ਕਿ ਉੱਥੇ ਤੇਲ ਦੇ ਵਿੱਚ ਬਜਰੀ ਪਾ ਕੇ ਮਤਲਬ ਪਾਈ ਜਾ ਰਹੀ ਹੈ ਮੈਂ ਇਮੀਡੀਏਟਲੀ ਉੱਥੇ ਕੰਮ ਨੂੰ ਰੋਕਿਆ ਮੈਂ ਕਿਹਾ ਵੀ ਬਿਲਕੁਲ ਹੀ ਬਰਦਾਸ਼ਤ ਨਹੀਂ ਹੋਏਗਾ ਇਹ ਤੇ ਮਿਸਪਲ ਕਮੇਟੀ ਦੇ ਵਿੱਚ 80% ਜਿਹੜੀ ਕਰਪਸ਼ਨ ਆ ਇਹ ਸਾਰੀਆਂ ਗੱਲਾਂ ਨੂੰ ਰੋਕਾਂਗੇ ਦੇਖੋ ਹਲੇ ਤਾਂ ਦਿਨ ਹੀ ਹਫਤਾ ਹਫਤਾ ਹੋਇਆ ਤੇ ਇੱਕ ਮਹੀਨੇ ਤੋਂ ਬਾਅਦ ਤੁਸੀਂ ਦੇਖੋ ਵੀ ਕਿੰਨਾ ਵਧੀਆ ਸਿਸਟਮ ਆ ਜਿਹੜਾ ਉਹ ਲਾਗੂ ਹੋਏਗਾ ਕੋਈ ਐਨਆਰਆਈਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਐਨਆਰਆਈਸ ਕਿਉਂਕਿ ਪਿਛਲੇ ਦਿਨੀ ਇੱਚ ਕੋਈ ਸ਼ੱਕ ਨਹੀਂ ਕਿ ਹਰ ਵਿਅਕਤੀ ਆ ਜਿਹੜਾ ਪੰਜਾਬ ਔਰ ਪੰਜਾਬ ਤੋਂ ਬਾਹਰ ਬੈਠਾ ਪਿਆਰ ਕਰਦਾ ਪੰਜਾਬ ਨੂੰ ਤੇ ਉਹਨਾਂ ਦੀਆਂ ਭਾਵਨਾ ਸੀ ਕਿ ਪੰਜਾਬ ਦਾ ਭਲੇ ਵਾਸਤੇ ਉਹਨਾਂ ਨੇ ਇਰ ਵਿੱਚ ਕੋਈ ਸ਼ੱਕ ਨਹੀਂ ਅਸੀਂ ਕਿਉਂਕਿ ਰੇਡੀਓ ਟੈਲੀਵਿਜ਼ਨ ਨੂੰ ਰਨ ਕਰਦੇ ਆ ਸੋ ਸਾਨੂੰ ਹਰ ਜਿਹੜੀ ਹੈ ਪਾਰਟੀ ਨੂੰ ਦੇਖਣਾ ਪੈਂਦਾ ਸੋ ਐਨ ਆਰ ਆਈਜ਼ ਨੇ ਸਪੋਰਟ ਆ ਜਿਹੜੀ ਉਹ ਆਮ ਆਦਮੀ ਦੀ ਕੀਤੀ ਕਿ ਪੰਜਾਬ ਦਾ ਭਲਾ ਹੋਵੇ ਔਰ ਐਨਆਰਆਈਸ ਤੱਕ ਤੁਸੀਂ ਕਿਹੋ ਜਿਹਾ ਮੈਸੇਜ ਪਹੁੰਚਾਉਣਾ ਚਾਹੋਗੇ ਕਿ ਐਨਆਰਆਈ ਬੇ ਧੜਕ ਹੋ ਕੇ ਜਿਹੜੇ ਕਾਂਗਰਸ ਪਾਰਟੀ ਨੂੰ ਜਿਵੇਂ ਹੁਣ ਸਲਾਘਾ ਕਰ ਰਹੇ ਨੇ ਕਿ ਜੋ ਸਸੀਂ ਚਾਹੁੰਦੇ ਸੀ ਉਹ ਕੈਪਟਨ ਸਾਹਿਬ ਕਰ ਰਹੇ ਨੇ ਹੋਰ ਵੀ ਬਿਹਤਰ ਕੀ ਕਰ ਸਕਦੇ ਦੇਖੋ ਪਿਛਲੇ 10 ਸਾਲ ਦੇ ਵਿੱਚ ਐਨਆਰਆਈ ਦਾ ਬੜਾ ਵਿਸ਼ਵਾਸ ਉੱਠਿਆ ਪੰਜਾਬ ਦੀ ਸਰਕਾਰ 'ਚ ਕਿਉਂਕਿ ਇੱਥੇ ਬੜੇ ਵੱਡੇ ਵੱਡੇ ਕੇਸ ਨੇ ਜਿਹੜੇ ਜਥੇਦਾਰਾਂ ਨੇ ਐਨਆਰਆਈ ਦੀਆਂ ਪ੍ਰਾਪਰਟੀਆਂ ਨੂੰ ਗ੍ਰੈਬ ਕੀਤਾ ਉਹ ਜੇ ਉਹਰੇ ਵਿਚਾਰੇ ਆ ਗਏ ਉਹਦੇ ਲਈ ਲੜਾਈ ਲੜਨ ਦੀ ਉਹਨਾਂ ਦੇ ਪਾਸਪੋਰਟ ਜਬਤ ਕਰਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਘੇਰਿਆ ਗਿਆ ਇੱਕ ਨਹੀਂ ਕਈ ਕੇਸਾਂ ਜਿਹੜੇ ਨੇ ਅਸੀਂ ਵੀ ਉਹਨਾਂ ਨੂੰ ਸਪੋਰਟ ਦੇ ਵਿੱਚ ਖੜੇ ਪਰ ਇਹ ਮੈਂ ਇੱਕ ਜ਼ਰੂਰ ਐਨਆਰਆਈ ਜੀ ਨੂੰ ਕਹਾਂਗਾ ਕਿ ਇਹ ਉਹਨਾਂ ਦੇ ਮਨ 'ਚ ਕਿੱਥੋਂ ਵੱਸ ਗਈ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਸਾਨੂੰ ਕੁਛ ਨਾ ਕੁਛ ਰਾਹਤ ਦੇ ਸਕਦੀ ਹੈ ਵੀ ਆਮ ਆਦਮੀ ਪਾਰਟੀ ਦਾ ਪਹਿਲਾਂ ਦਿੱਲੀ ਚ ਦਾ ਦੇਖੋ ਤੁਸੀਂ ਉਹਨਾਂ ਨੇ ਕੀ ਜਿਹੜਾ ਹੈਗਾ ਕਰਜ਼ਾਰ ਆ ਉਹਨਾਂ ਦਾ ਜਿਹੜੀ ਕੈਪੀਟਲ ਆਫ ਇੰਡੀਆ ਜਿਹੜੀ ਹੈ ਉੱਥੇ ਜਦੋਂ ਕਿਸੇ ਨੂੰ ਰਾਹਤ ਨਹੀਂ ਆਉਂਦੇ ਕੈਨ ਥਿੰਕ ਕਿ ਪੰਜਾਬ ਦੇ ਅੰਦਰ ਬਹੁਤ ਕੁਝ ਹੋ ਸਕਦਾ ਇਹ ਤਾਂ ਗੁੱਡ ਗਵਰਨੈਂਸ ਅਸੀਂ ਦੇਾਂਗੇ ਅਰ ਤੁਸੀਂ ਇਹ ਦੇਖੋ ਕਿ ਹੁਣ ਤੋਂ ਬਾਅਦ ਜੋ ਕੈਪਟਨ ਸਾਹਿਬ ਨੇ ਕੱਲ ਠੋਸ ਜਿਹੜੇ ਫੈਸਲੇ ਲਏ ਆ ਕਿਸੇ ਵੀ ਐਨ ਆਰ ਆਈ ਦੀ ਪ੍ਰਾਪਰਟੀ ਦਾ ਗ੍ਰੈਬ ਨਹੀਂ ਕੀਤਾ ਜਾਏਗਾ ਉਹਨਾਂ ਦੇ ਕਬਜ਼ੇ ਨਹੀਂ ਹੁਣ ਦਿੱਤੇ ਜਾਏਗੇ ਜੇ ਕਿਸੇ ਨੇ ਕਰਨ ਦੀ ਕੋਸ਼ਿਸ਼ ਕੀਤੀ ਮੈਸੇਜ ਹੀ ਦੇਣਾ ਹੁੰਦਾ ਪੰਜ ਚਾਰ ਨੂੰ ਫੜ ਕੇ ਤੁਸੀਂ ਅੰਦਰ ਘੇਰ ਦੋ ਹੁਣ ਤਾਂ ਮੁੜ ਕੇ ਕੋਈ ਬੰਦਾ ਝਾਕੇਗਾ ਨਹੀਂ ਹੁਣ ਮੈਂ ਤੁਹਾਨੂੰ ਉਰੇ ਦੇ ਧਾਰਨ ਦਿੰਦਾ ਮੇਰੇ ਉਰੇ ਕਿਸ ਨੇ ਇੱਕ ਪੁਲਿਸ ਵਾਲੇ ਨੇ ਨਜਾਇਜ਼ ਕਬਜ਼ਾ ਕਰ ਲਿਆ ਮੈਂ ਉਹਨੂੰ ਕੋਲ ਸਾਰੇ ਅਧਿਕਾਰੀਆਂ ਨੂੰ ਬੁਲਾਇਆ ਹਲੇ 2 ਦਿਨ ਦੀ ਗੱਲ ਹੈ ਕਿ ਇਹਨੂੰ ਡਿਮੋਲਿਸ਼ ਕਰੋ ਬਿਲਕੁਲ ਤਕਾ ਨਹੀਂ ਹੋਏ ਐ ਤਾਂ ਅੱਜ ਹੁਣ ਤੋਂ ਬਾਅਦ ਕਿਤੇ ਨਹੀਂ ਹੋਣਾ ਦੇਖੋ ਤੁਸੀਂ ਜਦ ਅਗਲੇ ਕਹਿੰਦੇ ਵੀ ਕਥਾਣੇਦਾਰ ਦੀ ਉਹ ਬਿਲਡਿੰਗ ਘराती ਤਾਂ ਦੂਜੇ ਦੀ ਕਿਸੇ ਦੀ ਕੀ ਜ਼ਰੂਰਤ ਹੁੰਦੀ ਹੈ ਪੈਗੀ ਸੋ ਐਸਾ ਕੁਝ ਹੋਏਗਾ ਕਿ ਜਦੋਂ ਪੰਜ ਚਾਰ ਬੰਦਿਆਂ ਨੂੰ ਸਫਸਖਾਨ ਦੀ ਲੋੜ ਆ ਮੁੜ ਕੇ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਪਰ ਉਹਦੇ ਪਿੱਛੇ ਇਹ ਕਹਿੰਦੇ ਨੀਅਤ ਸਾਫ ਨਾ ਹੋਵੇ ਤਾਂ ਨੀਤੀ ਨਹੀਂ ਲਾਗੂ ਹੋਏ ਕਰਦੀ ਸਾਫ ਨੀਅਤ ਨਾਲ ਕੰਮ ਕਰਾਂਗੇ ਪਹਿਲਾਂ ਉਹ ਤਾਂ ਆਪ ਹੀ ਜਿਹੜੇ ਅਕਾਲੀ ਦਲ ਦੇ ਲੋਕ ਦੱਪਣ ਲੱਗੇ ਹੋਏ ਸੀਗੇ ਉਹਨਾਂ ਤੋਂ ਕੀ ਅਸੀਂ ਉਮੀਦ ਕਰ ਸਕਦੇ ਸੀ ਕਿ ਚਾਹ ਸ਼ਰੋਮਣੀ ਅਕਾਲੀ ਦਲ ਤੋਂ ਸ਼ਰੋਮਣੀ ਅਕਾਲੀ ਦਲ ਆ ਜਿਹੜੀ ਉਹ ਬਿਲਕੁਲ ਹੀ ਫੇਲ ਹੋਈ ਆ ਇਹ ਇੱਕ ਮੁੱਦੇ ਤੇ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੈ ਬੇਅਦਬੀ ਦਾ ਮੁੱਦਾ ਜਿਹੜਾ ਉਹਦੇ ਤੇ ਅਕਾਲੀ ਦਲ ਮੈਂ ਆਪਣੀ ਸੋਚ ਦੇ ਮੁਤਾਬਕ ਕਹਿੰਨਾ ਕਿ ਬਿਲਕੁਲ ਫੇਲ ਹੋਈ ਆ ਇਨਸਾਫ ਨਹੀਂ ਦਿਵਾ ਸਕੀ ਗੁਰੂ ਗ੍ਰੰਥ ਸਾਹਿਬ ਦਾ ਕੀ ਤੁਹਾਡੀ ਪਾਰਟੀ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੂਗੀ ਬਿਲਕੁਲ ਕਰਿਆ ਜਾਏਗਾ ਕਿਉਂਕਿ ਜਿਹੜਾ ਬੰਦਾ ਕਹਿੰਦੇ ਹਨ ਜੇ ਆ ਸਾਸਕ ਦੀ ਨੀਅਤ ਸਾਫ਼ ਨਾ ਹੋਵੇ ਤਾਂ ਪ੍ਰਸ਼ਾਸਕ ਦੀ ਨੀਅਤ ਸਾਫ਼ ਨਹੀਂ ਹੁੰਦੀ ਜੇ ਜਦੋਂ ਇਹ ਨਹੀਂ ਸੀ ਚਾਹੁੰਦੇ ਉਹਨਾਂ ਕਿ ਅਸੀਂ ਉਹਨਾਂ ਲੋਕਾਂ ਨੂੰ ਅਨਸਾਫ਼ ਦੇਈਏ ਸਗੋ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਪ੍ਰੋਟੈਸਟ ਕੀਤਾ ਉਨਾ ਨੂੰ ਵੀ ਗੋਲੀਆਂ ਮਾਰ ਮਾਰ ਕੇ ਕਰਿਆ ਗਿਆ ਆਪਾਂ ਨੇ ਦੇਖਿਆ ਨਹੀਂ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਬਹੁਤ ਭਾਰੀ ਨੁਕਸਾਨ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਉਹਨਾਂ ਨੇ ਪ੍ਰੋਟੈਸਟ ਕੀਤਾ ਇਸ ਗੱਲ ਦੇ ਵਿਰੁੱਧ ਉਹਨਾਂ ਦੇ ਗੋਲੀਆਂ ਮਾਰੇ ਗਏ ਉਹਨਾਂ ਦੇ ਸਾਥੀਆਂ ਨੂੰ ਗੋਲੀਆਂ ਮਾਰੇ ਗਈਆਂ ਤੇ ਆਉਣ ਵਾਲੇ ਸਮੇਂ ਦੇ ਅੰਦਰ ਕਾਫੀ ਕੁਝ ਨੇਰ ਕਾਫੀ ਕੁਝ ਸੁਣਨ ਵਾਲਾ ਉਹ ਲੋਕ ਸਾਹਮਣੇ ਲੈ ਕੇ ਆਵਾਂਗੇ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਏਗੀ ਕੈਪਟਨ ਮੁਰਿੰਦਰ ਸਿੰਘ ਨੇ ਇੱਕ ਵਾਦਾ ਕੀਤਾ ਸੀ ਕਿ ਘਰ ਘਰ ਨੌਕਰੀ ਦਿੱਤੀ ਜਾਵੇਗੀ ਬੇਰਜ਼ਗਾਰੀ ਜਿਹੜੀ ਆ ਉਸ ਨੂੰ ਖਤਮ ਕੀਤਾ ਜਾਵੇਗਾ ਇਹਨੂੰ ਕਿੰਨਾ ਕੁ ਟਾਈਮ ਲੱਗੂਗਾ ਦੇਖੋ ਕਾਫੀ ਵੱਡਾ ਕੰਮ ਆ ਕਾਫੀ ਮੁਸ਼ਕਲ ਕੰਮ ਆ ਪਰ ਮੈਂ ਤੁਹਾਨੂੰ ਕਿਹਾ ਕਿ ਬਿਲਕੁਲ ਠੀਕ ਨੀਅਤ ਨਾਲ ਕੰਮ ਕਰਾਂਗੇ ਜਿਸ ਦਿਨ ਪੋਰਟਫੋਲੀਓ ਜੀ ਵੰਡ ਹੋਈ ਆ ਪਹਿਲੀ ਵਾਰੀ ਹੋਇਆ ਕਿ ਪੰਜਾਬ ਚ ਇੰਪਲੋਇਮੈਂਟ ਜਨਰੇਟ ਕਰਨ ਦਾ ਇੱਕ ਡਿਪਾਰਟਮੈਂਟ ਬਣਾਇਆ ਗਿਆ ਜਿਹੜਾ ਫਾਈਨਾਂਸ ਮਿਨਿਸਟਰ ਨੂੰ ਦਿੱਤਾ ਗਿਆ ਕਿਉਂਕਿ ਫਾਈਨਾਂਸ ਦੇ ਨਾਲ ਹੀ ਸੰਬੰਧਤ ਆ ਤੇ ਵੀ ਯੂ ਆਰ ਟ੍ਰਾਈਂਗ ਕਿ ਵੱਡੀ ਇੱਥੇ ਮੈਗਾ ਪ੍ਰੋਜੈਕਟ ਇੰਡਸਟਰੀ ਆਵੇ ਤੇ ਇੰਪਲॉयਮੈਂਟ ਮਿਲੇ ਕਿਉਂਕਿ ਜਦ ਤੱਕ ਸਾਡਾ ਤਾਂ ਐਗਰੀਕਲਚਰ ਸਟੇਟ ਹੈਗੀ ਹੈ ਇਹ ਜਦੋਂ ਤੱਕ ਇੱਥੇ ਇੰਡਸਟਰੀ ਨਹੀਂ ਆਂਦੀ ਹੈਗੀ ਉਦੋਂ ਤੱਕ ਇੰਪਲॉयਮੈਂਟ ਨਹੀਂ ਸਾਡੀ ਜਨਰੇਟ ਹੋ ਸਕਦੀ ਤੇ ਸਭ ਤੋਂ ਪਹਿਲਾ ਕੰਮ ਹੈ ਕਿ ਅਸੀਂ ਇੱਥੇ ਵੱਡੀ ਜਿਹੜੇ ਹੈਗੇ ਉਦਯੋਗ ਲੈ ਕੇ ਆਈਏ ਉਹਨਾਂ ਦੇ ਵਿੱਚ ਬੱਚਿਆਂ ਨੂੰ ਨੌਕਰੀਆਂ ਪੈਦਾ ਹੋਣ ਪੰਜਾਬ ਇਹ ਕਿਹੋ ਜਿਹਾ ਸੂਬਾ ਹੈ ਜਿੱਥੇ ਅਨਾਜ ਆ ਜਿਹੜਾ ਉਹ ਆਪਣਾ ਆਪ ਆਪਾਂ ਗਾਉਨੇ ਆ ਤੇ ਅਨਾਜ ਦੇ ਨਾਲ ਨਾਲ ਸਾਨੂੰ ਇਹ ਵੀ ਚਾਹੀਦਾ ਕਿ ਸਾਡੇ ਜਿਹੜੇ ਬੱਚੇ ਆ ਉਹਨਾਂ ਦੇ ਵਿੱਚ ਉਤਸ਼ਾਹ ਹੋਣਾ ਚਾਹੀਦਾ ਇੱਕ ਵੀ ਬੱਚਾ ਜਿਹੜਾ ਪੰਜਾਬ ਦਾ ਉਹ ਇੰਟਰਨੈਸ਼ਨਲ ਖਿਡਾਰੀ ਨਹੀਂ ਬਣਿਆ ਨਾ ਕਬੱਡੀ ਦਾ ਡਿਪਟੀ ਸੀਐਮ ਨੇ ਸੁਖਵੀਰ ਬਾਦਲ ਨੇ ਟੂਰਨਾਮੈਂਟ ਕਰਾਏ ਆ 6 ਜਾਂ 4 ਆਈ ਡੋਨਟ ਨੋ ਆਪਣੇ ਹੋਮੇ ਦੇ ਲਈ ਕਰਾਏ ਆ ਜਾਂ ਫਿਰ ਉਹਨੇ ਖਿਡਾਰੀ ਕੱਢਣੇ ਚਾਏ ਆ ਉਹ ਖਿਡਾਰੀ ਵੀ ਨਸ਼ਾ ਕਰਕੇ ਖੇਡ ਰਹੇ ਨੇ ਹਾਕੀ ਦਾ ਕ੍ਰਿਕਟ ਦਾ ਬਾਸquetball ਦਾ ਜਾਂ ਵਾਲੀਬॉल ਦਾ ਕੋਈ ਵੀ ਖਿਡਾਰੀ ਜਿਹੜਾ ਉਹ ਇੰਟਰਨੈਸ਼ਨਲ ਨਹੀਂ ਨਿਕਲਿਆ ਪੰਜਾਬ ਚੋਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਹੁਣ ਆਪਾਂ ਜਿਹੜੀ ਆ ਕੋਈ ਗੇਮ ਪ੍ਰਤੀ ਕੁਝ ਕਰਨ ਜਾ ਰਹੇ ਹਾਂ ਨੇ ਖੇਡਾਂ ਨੂੰ ਬਹੁਤ ਉਤਸ਼ਾਹਤ ਕਰਾਂਗੇ ਪਿਛਲੇ ਸਰਕਾਰ ਉਹਨਾਂ ਦੇ ਬਾਰੇ ਤਾਂ ਕਹਿਣਾ ਹੀ ਕੀ ਹੈ ਜੇ ਤੁਸੀਂ ਉਹਨਾਂ ਦੀ ਸੁਣ ਲਾ ਦਿੱਤਾ ਕਈ ਵਾਰੀ ਤਾਂ ਇਹ ਸੋਚਦਾ ਕਿ ਵਾਕਈ ਇਹ ਕਿਤੇ ਅਸੀਂ ਪੰਜਾਬ ਚ ਰਹਿ ਰਹੇ ਹਾਂ ਕਿਤੇ ਬਾਹਰ ਰਹ ਰਹੇ ਹੈ ਗਿਆ ਉਹਨਾਂ ਆਪ ਹੀ ਤੁਸੀਂ ਕਹਿ ਰਹੇ ਆ ਕਿ ਜਿਹੜੇ ਕਬੱਡੀ ਦੇ ਖਿਡਾਰੀ ਖੇਡਦੇ ਸੀਗੇ ਸਾਰੇ ਨਸ਼ੇ ਕਰਕੇ ਖੇਡਦੇ ਸੀ ਜਦੋਂ ਸਾਡੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਕਿ ਆ ਤੇ ਹਾਉ ਵੀ ਕਿੰਨਾ ਐਸਪੈਕਟ ਹੈ ਸਾਨੂੰ ਕੋਈ ਮੈਡਲ ਮਿਲ ਜਾਏਗਾ ਅਬ ਹਰਿਆਣਾ ਦਾ ਸੂਬਾ ਸਾਡੇ ਵਿੱਚੋਂ ਨਿਕਲ ਕੇ ਗਿਆ ਹੈਗਾ ਸਾਨੂੰ ਤਾਂ ਸ਼ਰਮ ਆਉਂਦੀ ਸੀ ਜਦੋਂ 10-10 ਮੈਡਲ ਲੈ ਕੇ ਆਉਂਦੇ ਸੀ ਸਾਡੇ ਵਾਲੇ ਖਾਲੀ ਹੱਥ ਮੁੜ ਕੇ ਆ ਜਾਂਦੇ ਸੀ ਤੇ ਇਹ ਤਾਂ ਪੰਜਾਬ ਤਾਂ ਕਿੱਥੇ ਕਹਿੰਦੇ ਹੁੰਦੇ ਸੀ ਦੁੱਧੀਆਂ ਨਦੀਆਂ ਵਗਿਆ ਕਰਦੀਆਂ ਸੀਗੀਆਂ ਅੱਜ ਉਹਦੇ ਦੁੱਧੀਆਂ ਦੁੱਧੇ ਨਹੀਂ ਪੀਣ ਨੂੰ ਮਿਲਦਾ ਔਰ ਇਹ ਤਾਂ ਨਸ਼ੇ ਹੈਗੇ ਜਿੰਨਾ ਮਰਜ਼ੀ ਲੈ ਲਓ ਕਿਸੇ ਸੜਕ ਤੇ ਲੈ ਲਓ ਜਿੱਥੇ ਮਰਜ਼ ਸੋ ਜਿਹੜੇ ਐਨਆਰਆਈ ਸਮੇਲਨ ਕਰਾਏ ਨੇ ਜਾਂ ਫਿਰ ਟੂਰਨਾਮੈਂਟ ਕਰਾਏ ਨੇ ਜਾਂ ਫਿਰ ਐਨਆਰਆਈ ਥਾਣੇ ਬਣਾਏ ਸੀਗੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਸਾਰੀ ਡਰਾਮੇਬਾਜ਼ੀ ਹੈ ਕੁਝ ਵੀ ਨਹੀਂ ਹੈ ਪ੍ਰੈਕਟੀਕਲ ਕੁਝ ਨਹੀਂ ਹੈ ਬਸ ਇਹ ਖਜ਼ਾਨੇ ਦਾ ਕੀ ਹਾਲ ਹੈ ਖਜ਼ਾਨੇ ਦਾ ਹਾਲ ਤਾਂ ਬੜਾ ਮਾੜਾ ਪਰ ਇਹਨੂੰ ਕਰਾਂਗੇ ਠੀਕ ਉਹਨੂੰ ਪੈਰਾਂ ਤੇ ਲਿਆ ਕੇ ਪੰਜਾਬ ਨੂੰ ਖੜੇ ਕਰਾਂਗੇ ਤੇ ਖਜ਼ਾਨੇ ਦੀ ਹਾਲ ਤਾਂ ਬਹੁਤ ਮਾੜੀ ਹੋਈ ਪਈ ਹੈ ਪਰ ਘਬਰਾਣਾ ਪੰਜਾਬ ਦੀ ਜਨਤਾ ਘਬਰਾਵੇ ਨਾ ਉਹਨਾਂ ਨੂੰ ਇੱਕ ਉਮੀਦ ਹੈ ਕੈਪਟਨ ਸਾਹਿਬ ਤੇ ਕਰਕੇ ਦੇਾਂਗੇ ਪਹਿਲੀ ਉਹ ਫਸਲ ਆ ਰਹੀ ਹੈ ਦੇਖਿਓ ਤੁਸੀਂ ਕਿਵੇਂ ਸਾਡੀ ਫਸਲ ਚੱਕੀ ਜਾਂਦੀ ਹੈ ਅਤੇ ਤਨਖਾਹ ਮਲਾਜਮਾਂ ਦੀ ਉਸੇ ਤਰੀਕੇ ਨਾਲ ਮਿਲਣਗੀਆਂ ਕਿਉਂਕਿ ਕੈਪਟਨ ਸਾਹਿਬ ਨੇ ਤਾਂ ਕਹਿਤਾ ਅਭੀ ਅਫਸਰਾਂ ਨੂੰ ਕਹਿਤਾ ਕਿ ਪਹਿਲਾਂ ਤੁਹਾਡੀਆਂ ਤਨਖਾਹ ਉਦੋਂ ਮਿਲਣਗੀਆਂ ਜਦੋਂ ਬਾਕੀਆਂ ਦਾ ਦੇਓਗੇ ਤੁਸੀਂ 6000 ਬਸ ਜਿਹੜੀ ਉਹ پارک ਲਾ ਦਿੱਤੀ ਗਈ ਹੈ ਪ੍ਰਾਈਵੇਟ ਤੇ ਪੰਜਾਬ ਰੋਡਵੇਜ਼ ਨੂੰ ਡੇਲੀ ਦਾ ਕਿੰਨਾ ਕੁ ਫਾਇਦਾ ਹੋਣ ਦੀ ਸਭਾਵਨਾ ਹੈ ਬਹੁਤ ਕੁ ਹੋਏਗਾ ਤੁਸੀਂ ਟਾਈਮ ਦਿਓ ਹਲੇ ਤਾਂ ਦੇਖੋ ਥੋੜੇ ਦਿਨ ਹੀ ਹੋਏ ਗਿਆ ਤਾਂ ਬਹੁਤ ਕੁਸ ਆਣ ਦੋ ਸਮਾਂ ਆਏਗਾ ਤੇ ਇਹਦੇ ਨਾਲ ਨੇਚਰਲੀ ਫਾਇਦਾ ਤਾਂ ਹੁਣ ਫਿਰ ਪੰਜਾਬ ਰੋਡ ਵੇਜੇ ਨੂੰ ਪੀਆਰਟੀਸੀ ਨੂੰ ਹੀ ਹੋਣਾ ਉਹਦਾ ਜਿਹੜਿਆ ਬਿਨਾਂ ਟੈਕਸ ਤੋਂ ਬੱਸਾਂ ਇੱਕ ਪਰਮਿਟ ਹੁੰਦਾ ਸੀ 15-15 ਬੱਸਾਂ ਚੱਲਦੀਆਂ ਸੀਗੀਆਂ ਤੇ ਹੁਣ ਉਹ ਪਾਰਕ ਤਾਂ ਹੋਈ ਗਈਆਂ ਉਹਨਾਂ ਦੇ ਹੁਣ ਸਰਕਾਰੀ ਬੱਸਾਂ ਹੀ ਚੱਲਣਗੀਆਂ ਡਿਪਾਰਟਮੈਂਟ ਨੂੰ ਫਾਇਦਾ ਹੋਣਾ ਹੀ ਹੋਣਾ ਜਿਹੜੇ ਸ਼ਰਾਬ ਦੇ ਠੇਕੇ ਲਏ ਜਾਂਦੇ ਆ ਇਹ ਪ੍ਰਾਈਵੇਟ ਲੈ ਜਾਂਦੇ ਆ ਅਗਰ ਇਹ ਸਰਕਾਰ ਹੀ ਲਵੇ ਤੇ ਸਰਕਾਰ ਨੂੰ ਪੈਸਾ ਆਵੇ ਉਹਦੇ ਨਾਲ ਖਜ਼ਾਨੇ ਦੇ ਵਿੱਚ ਫਾਇਦਾ ਹੋ ਸਕਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਕਦਾ ਹੋ ਸਕਦਾ ਕੋਈ ਪਾਲਿਸੀ ਬਣਾ ਰਹੇ ਹੈਗੇ ਆ ਮੇਬੀ ਕਿ ਉਹ ਨੈਕਸਟ ਈਅਰ ਤੋਂ ਕੋਈ ਇੰਪਲੀਮੈਂਟ ਕਰਾਈ ਜਾਵੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਸਾਰੀਆਂ ਗੱਲਾਂ ਹੋਰ ਵੀ ਕਰਨ ਵਾਲੀਆਂ ਮੈਨੂੰ ਪਤਾ ਕਿ ਬਾਹਰ ਤੁਹਾਡੇ 4-500 ਬੰਦਾ ਵੇਟ ਕਰ ਰਿਹਾ ਅਸੀਂ ਲੱਕੀ ਹਾਂ ਕਿ ਸਾਨੂੰ ਜਿਹੜਾ ਅੱਧਾ ਘੰਟਾ ਜਿਆਦਾ ਸਮਾਂ ਜਿਹੜਾ ਉਹ ਮਿਲਿਆ ਸੋ ਅਸੀਂ ਧੰਨਵਾਦ ਕਰਨੇ ਚਾਹੁੰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਇਹ ਟਾਈਮ ਦਿੱਤਾ ਆਪਣੀ ਰਜੇ ਵਪਾਰੀ ਜ਼ਿੰਦਗੀ ਦੇ ਵਿੱਚੋਂ ਧੰਨਵਾਦ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜਗਰਾਤ ਜੀ ਤੁਹਾਡੀ ਟੀਮ ਦਾ ਤੁਹਾਡਾ ਅਤੇ ਮਹਿਕ ਟੀਵੀ ਦਾ ਮਹਿਕ ਰੇਡੀਓ ਦਾ ਜਿਨ੍ਹਾਂ ਨੇ ਜਿਹੜੀ ਮੇਰੇ ਹਲਕੇ ਦੀ ਜਿਹੜੀ ਆਵਾਜ਼ ਆ ਉਹ ਪੂਰੇ ਸੰਸਾਰ ਦੇ ਅੰਦਰ ਜਿਹੜੀ ਤੁਸੀਂ ਪਛਾਣ ਲਗਿਓ ਤੁਹਾਡਾ ਕੋਟ ਕੋਟ ਧੰਨਵਾਦ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ